ਕਾਂਗਰਸ ਪਾਰਟੀ ਦੇ ਇਸ ਹਲਕੇ ਦੀ ਜਿਹੜੀ ਕਰੀਮ ਹੈ ਉਹਨਾਂ ਨੂੰ ਇੱਥੇ ਸੱਦਿਆ ਔਰ ਮੈਨੂੰ ਆਪਣੇ ਵਿਚਾਰ ਸਾਂਝੇ ਕਰਨ ਦਾ ਇੱਕ ਮੌਕਾ ਦਿੱਤਾ। ਬੜਾ ਵੱਡਾ ਵੱਡਾ ਭਰਮਾ ਹੁੰਗਾਰਾ ਦਾ ਰੰਗਤ ਸਿੰਘ ਜੀ ਨੇ ਸਾਡੇ ਚੋਣ ਪ੍ਰਚਾਰ ਨੂੰ ਦਿੱਤਾ ਹੈ ਔਰ ਮਾਹੌਲ ਇਹ ਦੱਸਦਾ ਹੈ ਕਿ ਆਉਣ ਵਾਲੀ 19 ਮਈ ਨੂੰ ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਜਿੱਤ ਕੇ ਜਾਊਗੀ, ਅਸੀਂ ਕੇਂਦਰ 'ਚ ਸਰਕਾਰ ਬਣਾਵਾਂਗੇ ਔਰ ਸ੍ਰੀ ਅਨੰਦਪੁਰ ਸਾਹਿਬ ਦੇ ਜਿਹੜੇ ਰੁਕੇ ਹੋਏ ਵਿਕਾਸ ਦੇ ਕੰਮ ਨੇ ਉਹਨਾਂ ਨੂੰ ਲੀਹਾਂ 'ਤੇ ਲਗਾ ਲਿਆਵਾਂਗੇ ਔਰ ਇਹੋ ਜਿਹਾ ਇੱਥੇ ਵਿਕਾਸ ਕਰਕੇ ਦਿਖਾਵਾਂਗੇ ਜਿਹਦੇ ਨਾਲ ਜੋ ਬੇਰੁਜ਼ਗਾਰੀ ਦੀ ਇੱਕ ਬੜੀ ਵੱਡੀ ਸਮੱਸਿਆ ਹੈ ਇਸ ਪੂਰੇ ਲੋਕ ਸਭਾ ਹਲਕੇ 'ਚ ਉਹਨੂੰ ਘਟਾਉਣ 'ਚ ਇੱਕ ਬਹੁਤ ਵੱਡੀ ਮਦਦ ਹੋਵੇ, ਇੱਕ ਬਹੁਤ ਵੱਡਾ ਉਹਦੇ 'ਚ ਆਪਾਂ ਯੋਗਦਾਨ ਪਾਵਾਂਗੇ ਕਿਉਂਕਿ ਸਭ ਤੋਂ ਜ਼ਰੂਰੀ ਜਿਹੜੀ ਕਿ ਕੋਈ ਚੀਜ਼ ਹੈ ਉਹ ਹੈ ਕਿ ਹਰ ਵਿਅਕਤੀ ਨੂੰ ਰੁਜ਼ਗਾਰ ਮਿਲਣਾ ਚਾਹੀਦਾ ਔਰ ਉਹਦੇ ਨਾਲ ਨਾਲ ਜਿਹੜੀ ਇਹ ਨਿਆਏ ਦੀ ਸਕੀਮ ਕਾਂਗਰਸ ਪਾਰਟੀ ਨੇ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਘੋਸ਼ਣਾ ਕੀਤੀ ਹੈ ਕਿ ਅਸੀਂ ਹਰ ਗਰੀਬ ਪਰਿਵਾਰ ਨੂੰ 6000 ਰੁਪਇਆ ਮਹੀਨਾ 72000 ਰੁਪਇਆ ਸਾਲ ਮੁਹੱਈਆ ਕਰਾਵਾਂਗੇ। ਇਹਨਾਂ ਦੋਹਾਂ ਚੀਜ਼ਾਂ ਨੂੰ ਮੁੱਖ ਰੱਖਦਿਆਂ ਹੋਇਆ ਅਸੀਂ ਕਿਸਾਨੀ ਦੀ, ਨੌਜਵਾਨੀ ਦੀ ਔਰ ਜਿਹੜੇ ਲੋਕ ਪਿਛੜੇ ਨੇ ਪਿਛਲੇ 50 ਵਰ੍ਹਿਆਂ 'ਚ NDA ਭਾਜਪਾ ਔਰ BJP NDA ਭਾਜਪਾ ਔਰ ਨਰਿੰਦਰ ਮੋਦੀ ਦੀ ਨੀਤੀਆਂ ਦੇ ਕਾਰਨ ਉਹਨਾਂ ਨੂੰ ਬਰਾਬਰੀ ਦੇ ਦਰਜੇ 'ਤੇ ਲੈ ਕੇ ਆਵਾਂਗੇ। ਦੇਸ਼ ਦਾ ਜਿਹੜਾ ਮਾਣ ਬਣਾਇਆ ਮੋਦੀ ਸਾਹਿਬ ਨੇ ਵਿਦੇਸ਼ਾਂ 'ਚ, ਤਾਂ ਤੁਸੀਂ ਕੀ ਸੋਚਦੇ ਹੋ ਕਿ ਆਹ ਦੇਸ਼ ਦਾ ਮਾਣ ਵਧਿਆ ਵਿਦੇਸ਼ਾਂ 'ਚ, ਕੋਈ ਰੋਲ ਕੋਈ ਉਹਦਾ ਫੋਰਨ ਸਟਰਕਚਰ ਬਣੀ ਹੈ? ਦੇਖੋ ਪਿਛਲੇ 50 ਵਰ੍ਹਿਆਂ 'ਚ ਟੈਕਸ ਪੇਅਰ ਦੇ ਖਾਤੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਹੁਤ ਸੈਰ ਕੀਤੀ, ਪਰ ਜੇ ਤੁਸੀਂ ਕੂਟਨੀਤੀ ਦੇ ਆਧਾਰ 'ਤੇ ਦੇਖੋ, ਜਿਹਨੂੰ ਫੋਰਨ ਪਾਲਿਸੀ ਕਹਿੰਦੇ ਹੈ, ਔਰ ਮੇਰੀ ਬੜੀ ਦਿਲਚਸਪੀ ਹੈ ਫੋਰਨ ਪਾਲਿਸੀ ਦੇ ਵਿੱਚ, ਪਿਛਲੇ 50 ਵਰ੍ਹਿਆਂ 'ਚ ਹਿੰਦੁਸਤਾਨ ਦਾ ਜਿੰਨਾ ਕੂਟਨੀਤਿਕ ਨੁਕਸਾਨ ਨਰਿੰਦਰ ਮੋਦੀ ਨੇ ਕੀਤਾ ਹੈ ਉਹਦੀ ਭਰਪਾਈ ਕਰਨ 'ਚ ਅਗਲੇ 10 ਸਾਲ ਲੱਗ ਜਾਣਗੇ। ਪਤਾ ਨਹੀਂ ਕਿ ਕਹਿੰਦੇ ਚੰਦੂ ਮਾਜਰਾ ਜੀ ਕਿਹੜੀਆਂ ਉਪਲਬਧੀਆਂ ਦੀ ਗੱਲ ਕਰਦੇ ਨੇ। ਮੈਨੂੰ ਤਾਂ ਪਿਛਲੇ 5 ਸਾਲ 'ਚ ਫੋਰਨ ਪਾਲਿਸੀ ਦੀ ਜੇ ਤੁਸੀਂ ਗੱਲ ਕਰੋ, ਕੂਟਨੀਤੀ ਦੀ ਗੱਲ ਕਰੋ, ਡਿਪਲੋਮੇਸੀ ਦੀ ਗੱਲ ਕਰੋ, ਮੈਨੂੰ ਤਾਂ ਇੱਕ ਉਪਲਬਧੀ ਨਹੀਂ ਲੱਗਦੀ ਉਹਨਾਂ ਦੀ। ਕੋਈ ਸਾਹਿਬ ਜਦੋਂ ਤੁਹਾਨੂੰ ਘੱਟ ਸਮਾਂ ਲੱਗਿਆ, ਇੱਕ ਮਹੀਨਾ ਦਾ ਥੋੜ੍ਹਾ ਟਾਈਮ ਹੈ, ਅਤੇ ਉਹਨਾਂ ਨੇ ਅਕਾਲੀ ਦਲ ਨੇ ਪਿਛਲੇ ਕਾਫੀ ਟਾਈਮ ਤੋਂ ਆਪਣੀ ਐਕਟੀਵਿਟੀ ਵਧਾਈ ਹੋਈ ਹੈ, ਸਮਝਦੇ ਹੋ ਕਿ ਆਪਾਂ ਰੇਸ 'ਚ ਹੈਗੇ ਹਾਂ ਜਾਂ ਆਪਾਂ ਕਰ ਲਾਂਗੇ ਮੁਕਾਬਲੇ? ਅਕਾਲੀ ਦਲ ਪੰਜਾਬ ਦੇ ਵਿੱਚ ਖਤਮ ਹੋ ਚੁੱਕਿਆ। ਬਰਗਾੜੀ 'ਚ ਜਿਵੇਂ ਬੇਅਦਬੀ ਹੋਈ ਸਾਡੇ ਧਰਮ ਗ੍ਰੰਥਾਂ ਦੀ, ਔਰ ਜੋ ਅਕਾਲੀ ਦਲ ਦਾ ਉਹਦੇ 'ਚ ਰੋਲ ਰਿਹਾ ਹੈ ਔਰ ਜਿਸ ਤਰ੍ਹਾਂ ਉਹ ਇਨਵੈਸਟੀਗੇਸ਼ਨ ਨੂੰ ਡੀਰੇਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਉਹ ਗੱਲ ਪੰਜਾਬ ਦੇ ਲੋਕਾਂ ਤੋਂ ਓਹਲੀ ਨਹੀਂ ਹੈਗੀ। ਔਰ ਅੱਜ ਪੰਜਾਬ ਦੇ ਵਿੱਚ ਅਕਾਲੀ ਦਲ ਛਿਤਰਿਆ ਹੋਇਆ, ਝਾੜੂ ਖਿਲ ਰਿਹਾ ਪਿਆ ਹੈ, ਹੋਰ ਕੋਈ ਪੋਲੀਟੀਕਲ ਫੋਰਸ ਹੈ ਨਹੀਂ। ਅਤੇ ਇਸ ਲਈ ਤੁਸੀਂ ਵੇਖਣਾ ਕਿ ਤੁਹਾਡੇ ਆਸ਼ੀਰਵਾਦ ਨਾਲ ਜਦੋਂ 2019-23 ਮਈ ਨੂੰ ਗਿਣਤੀ ਹੋਊਗੀ ਤਾਂ ਇਹ ਦਾਸ ਤੁਹਾਡਾ ਸੇਵਕ ਹੋਊਗਾ। ਕੀਤਾ ਲੋਕਾਂ ਨੂੰ ਕਿਹਾ ਵੀ ਇਹ ਰੈਫਰੈਂਡਮ ਜਿਹੜਾ ਆ ਇਹ ਮੋਦੀ ਸਰਕਾਰ ਦੇ ਵਿੱਚ ਸੀ, ਅਤੇ ਇਹਦਾ ਮਤਲਬ 2 ਸਾਲ 'ਤੇ ਆਪਾਂ ਕੈਪਟਨ ਸਰਕਾਰ ਦੇ ਕਾਰਗੀ ਵਾਲੀ 'ਤੇ ਨਹੀਂ ਵੋਟ ਮੰਗਦਾ? ਦੇਖੋ ਇੱਦਾਂ ਹੈ ਕਿ ਇਹ ਮੁੱਖ ਰੱਖਣਾ ਬਹੁਤ ਜ਼ਰੂਰੀ ਹੈ ਕਿ ਇਹ ਚੋਣ ਕਿਸ ਵਾਸਤੇ,
ਕੈਪਟਨ ਅਮਰਿੰਦਰ ਸਿੰਘ ਜੀ ਨੂੰ ਆਪਾਂ ਨੂੰ 60 ਮਹੀਨੇ ਦਿੱਤੇ, 77 ਸੀਟਾਂ ਦਿੱਤੀਆਂ। ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਦਾ ਮੁਲਿਆਂਕਣ ਜਾਂ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਦਾ ਲੇਖਾ ਜੋਖਾ ਉਹ ਆਪਾਂ 2022 'ਚ ਲੈਣਾ। ਇਹ ਸਮਾਂ ਹੈ ਕਿ ਜਿਹੜੇ ਝੂਠੇ ਵਾਅਦੇ ਨਰਿੰਦਰ ਮੋਦੀ ਨੇ ਕੀਤੇ ਸੀਗੇ ਕਿ 15 ਲੱਖ ਰੁਪਇਆ ਅਸੀਂ ਹਰ ਬੰਦੇ ਦੇ ਬੈਂਕ ਅਕਾਊਂਟ ਜਮ੍ਹਾਂ ਕਰਾਵਾਂਗੇ, ਆਪਣਾ ਨੋਟਬੰਦੀ ਕਰਕੇ ਜੋ ਅਰਥ ਵਿਵਸਥਾ ਦਾ ਨੁਕਸਾਨ ਕੀਤਾ ਹੈਗਾ, ਆਹ ਜਿਹੜਾ ਗੱਬਰ ਸਿੰਘ ਟੈਕਸ ਲਾਇਆ ਜਿਹਦੇ ਨਾਲ ਛੋਟਾ ਦੁਕਾਨਦਾਰ ਔਰ ਛੋਟਾ ਵਪਾਰੀ ਬਿਲਕੁਲ ਤਬਾਹ ਹੋ ਗਿਆ ਹੈ, ਇਹ ਮੁੱਦੇ ਨੇ ਇਸ ਚੋਣ ਦੇ। ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਪਿਛਲੇ 2 ਵਰ੍ਹਿਆਂ 'ਚ ਬਹੁਤ ਅੱਛੀ ਰਹੀ ਹੈ। ਜੋ ਇੱਕ ਬੜੀ ਵੱਡੀ ਟਰੰਚ ਦੀ ਸਮੱਸਿਆ ਸੀ ਪੰਜਾਬ ਦੇ ਵਿੱਚ, ਉਹਦੀ ਸਪਲਾਈ ਨੂੰ ਠੱਲ ਪਾਉਣ 'ਚ ਇੱਕ ਬਹੁਤ ਵੱਡਾ ਪਹਿਲ ਕੈਪਟਨ ਅਮਰਿੰਦਰ ਸਿੰਘ ਜੀ ਦੀ ਸਰਕਾਰ ਨੇ ਕੀਤੀ ਹੈ, ਔਰ ਰਿਸੋਰਸਿਸ ਦੇ ਕਰੰਚ ਹੋਣ ਦੇ ਬਾਵਜੂਦ ਇੱਕ ਅੱਛੀ ਗਵਰਨੈਂਸ ਔਰ ਜਿਹੜੇ ਗਵਰਨੈਂਸ ਪ੍ਰੋਸੈਸਿਸ ਨੇ ਉਹਨਾਂ ਨੂੰ ਉਹਨਾਂ ਨੇ ਸਰਕਾਰ ਨੇ ਕੈਪਟਨ ਅਮਰਿੰਦਰ ਸਿੰਘ ਜੀ ਦੀ ਸਰਕਾਰ ਨੇ ਰਿਸਟੋਰ ਕੀਤਾ। ਅਤੇ ਇਸ ਲਈ ਮੈਂ ਕਹਿੰਦਾ ਕਿ ਦੈਟ ਗਵਰਨਮੈਂਟ ਸ਼ੁੱਡ ਬੀ ਗਿਵਨ ਅ ਫੁੱਲ ਚਾਂਸ। ਥੈਂਕ ਯੂ।